ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਮਾਨਵਤਾ ਦੀ ਸੇਵਾ ਦੇ ਲਈ ਹਰ ਵੇਲੇ ਤਿਆਰ ਰਹਿੰਦੀ ਹੈ। ਪਿਛਲੇ ਸਾਲ ਇਹ ਟਰੱਸਟ ਵੱਲੋਂ ਇੱਕ ਲੈਬੋਰਟਰੀ ਦਾ ਜਿਹੜਾ ਇੰਤਜ਼ਾਮ ਕੀਤਾ ਗਿਆ ਸੀ ਅਤੇ ਹੁਣ ਇਸ ਸੰਸਥਾ ਵੱਲੋਂ ਇੱਕ ਫਿਜ਼ੀਓਥੈਰੇਪੀ ਸੈਂਟਰ ਚਲਾਇਆ ਜਾ ਰਿਹਾ ਹੈ। ਕਿਵੇਂ ਸੈਂਟਰ ਕੰਮ ਕਰੇਗਾ, ਮੇਰੇ ਨਾਲ ਇਸ ਵਕਤ ਮੈਡਮ ਜਸ਼ਨਪ੍ਰੀਤ ਜੀ ਮੇਰੇ ਨਾਲ ਨੇ। ਮੈਮ ਕਿਵੇਂ, ਸਤਿ ਸ਼੍ਰੀ ਅਕਾਲ, ਕਿਵੇਂ ਆ ਜਿਹੜਾ ਸੈਂਟਰ ਚੱਲੇਗਾ ਥੋੜ੍ਹਾ ਇਸ ਬਾਰੇ? ਐਕਚੁਲੀ ਇਹ ਟਰੱਸਟ ਦੇ ਬੇਸ ਦੇ ਉੱਤੇ ਪਹਿਲਾਂ ਕਿ ਇਹਨਾਂ ਨੇ ਲੈਬ ਜਿਹੜੀ ਓਪਨ ਕੀਤੀ ਹੋਈ ਸੀ, ਹੁਣ ਇਹਨਾਂ ਨੇ ਇੱਕ ਫਿਜ਼ੀਓਥੈਰੇਪੀ ਡਿਪਾਰਟਮੈਂਟ ਜਿਹੜਾ ਹੈ ਉਹ ਟਰੱਸਟ ਨੇ ਓਪਨ ਕੀਤਾ ਹੋਇਆ ਹੈ। ਇੱਥੇ ਅਲੱਗ ਅਲੱਗ ਪੇਸ਼ੈਂਟਸ ਜਿਹੜੇ ਡੇਲੀ ਬੇਸਿਸ ਦੇ ਉੱਤੇ ਆਉਂਦੇ ਹਨ, ਜਿਨ੍ਹਾਂ ਨੂੰ ਕਿਸੇ ਨੂੰ ਸਰਵਾਈਕਲ ਦੀ ਦਿੱਕਤ ਹੈ ਜਾਂ ਫਿਰ ਅਧਰੰਗ ਹੋਇਆ ਹੈ, ਜੋੜਾਂ ਦਾ ਦਰਦ ਹੈ। ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਕੰਡੀਸ਼ਨਸ ਹੈ ਜਿਹਦਾ ਆਪਾਂ ਇੱਥੇ ਇਲਾਜ ਕਰਦੇ ਹਾਂ। ਜਿਹੜੇ ਇਲਾਜ ਹੈ ਇਹ ਤਾਂ ਕੋਈ ਪੈਸੇ ਲਏ ਜਾਂਦੇ ਆ ਜਾਂ ਕੋਈ ਮੁਫਤ ਵੇ ਦੇ ਵਿੱਚ ਫੈਸਿਲਿਟੀ ਲੋਕਾਂ ਦੇ ਦਿੱਤੀ? ਐਕਚੁਲੀ ਇੱਥੋਂ ਦੀ ਜਿਹੜੀ ਓਪੀਡੀ ਉਹਦੇ ਕੋਈ ਚਾਰਜਸ ਨਹੀਂ ਹੈਗੇ, ਓਪੀਡੀ ਬਿਲਕੁਲ ਫ੍ਰੀ ਹੈ। ਬਾਕੀ ਜਿਹੜੀਆਂ ਮਸ਼ੀਨਸ ਆਪਾਂ ਯੂਜ਼ ਕਰਦੇ ਹਾਂ ਉਹਨਾਂ ਦੇ ਚਾਰਜਸ ਜਿਹੜੇ ਬਾਕੀ ਪ੍ਰਾਈਵੇਟ ਹੋਸਪਿਟਲਸ ਜਾਂ ਪ੍ਰਾਈਵੇਟ ਕਲੀਨਿਕਸ ਹੈ ਉਹ ਤੋਂ ਬਹੁਤ ਹੀ ਘੱਟ ਰੇਟ ਦੇ ਉੱਤੇ ਜਾਂ ਕਹਿ ਸਕਦੇ ਆਪਾਂ ਘੱਟ ਚਾਰਜਸ ਜਿਹੜੇ ਉਹ ਲੈਂਦੇ ਹਾਂ। ਕਿਵੇਂ ਇਹ ਮਸ਼ੀਨਾਂ, ਥੋੜ੍ਹਾ ਮਸ਼ੀਨਾਂ ਬਾਰੇ ਵੀ ਆਪਾਂ ਦੇਖ ਲਈਏ, ਕਿਹੜੀਆਂ ਕਿਹੜੀਆਂ ਇੱਥੇ ਮਸ਼ੀਨਾਂ ਅਵੇਲੇਬਲ ਹੈ ਅਤੇ ਕਿਵੇਂ ਇਹ ਮਸ਼ੀਨਾਂ ਕੰਮ ਕਰਦੀਆਂ? ਸਾਡੇ ਕੋਲ SWD ਹੈ, ਮੇਨਲੀ ਇਹ ਜਿਹੜੀ ਮੋਡੈਲਿਟੀ ਦਾ ਮਸ਼ੀਨ ਹੈ, ਆਪਾਂ ਡੀਪ ਜੁਆਇੰਟਸ ਦੀ ਹੀਟਿੰਗ ਲਈ ਯੂਜ਼ ਕਰਦੇ ਹਾਂ। ਹਾਂਜੀ, ਅਤੇ ਇਸ ਸਾਈਡ ਵੀ ਕੁਛ ਆਪਾਂ ਦੇਖਿਆ, ਕੋਈ ਥੈਰੇਪੀ ਵੀ ਕੋਈ ਕਹਿ ਰਿਹਾ, ਕਿਹੜੀ ਥੈਰੇਪੀ ਲੈ ਰਹੇ ਨੇ ਥੋੜ੍ਹਾ ਇਸ ਬਾਰੇ ਵੀ? ਐਕਚੁਲੀ ਇਹਨਾਂ ਨੂੰ ਦਿੱਕਤ ਸਰਵਾਈਕਲ ਦੀ ਹੈ, ਇਹਦੇ ਵਿੱਚ ਆਪਾਂ ਜਿਹੜੀ ਟੈਂਸ ਮਸ਼ੀਨ ਜਿਹੜੀ ਉਹ ਯੂਜ਼ ਕੀਤੀ ਹੋਈ ਹੈ। ਇਹਦੇ ਨਾਲ ਕੀ ਹੋਏਗਾ ਕਿ ਸਾਡੀ ਮਸਲਸ ਦੀ ਰਿਲੈਕਸੇਸ਼ਨ ਹੋਏਗੀ, ਪੇਨ ਰਿਡਿਊਸ ਹੋ ਜਾਏਗੀ। ਅਤੇ ਜਿਹੜੇ ਇੱਕ ਅਸੀਂ ਦੇਖਦੇ ਹਾਂ ਕਿ ਜਿਮ ਜਾਂਦੇ ਆ ਕਈ ਖਿਡਾਰੀ ਆਉਂਦੇ ਆ, ਮਸਲ ਖਿੱਚੇ ਜਾਂਦੇ ਆ, ਕਿ ਉਹਨਾਂ ਲਈ ਵੀ ਥੈਰੇਪੀ ਜ਼ਰੂਰੀ? ਹਾਂਜੀ ਬਿਲਕੁਲ, ਕਈ ਕੰਡੀਸ਼ਨਸ ਹੁੰਦੀਆਂ ਨੇ ਜਿਹਨੂੰ ਆਪਾਂ ਸਪੋਰਟਸ ਇੰਜਰੀ ਕਹਿ ਦਿੰਦੇ ਹਾਂ, ਆਪਾਂ ਉਹਨਾਂ ਦਾ ਵੀ ਇੱਥੇ ਇਲਾਜ ਕਰਦੇ ਹਾਂ ਅਲੱਗ ਅਲੱਗ ਮਸ਼ੀਨਸ ਦੇ ਥਰੂ, ਅਲੱਗ ਅਲੱਗ ਆਪਾਂ ਐਕਸਰਸਾਈਜ਼ ਜਿਹੜੀ ਉਹਨਾਂ ਨੂੰ ਰੈਕਮੈਂਡ ਕਰਦੇ ਹਾਂ ਡੇਲੀ ਬੇਸਿਸ ਦੇ ਉੱਤੇ। ਆਪਣਾ ਇਲਾਕੇ ਦੀ ਗੱਲ ਕਰੀਏ, ਪਠਾਨਕੋਟ ਦੇ ਵਿੱਚ ਕਈ ਅਜਿਹੇ ਲੋਕ ਨੇ ਜਿਹੜੇ ਆਰਥਿਕ ਪੱਖੋਂ ਐਡੇ ਮਜ਼ਬੂਤ ਨਹੀਂ ਹੈਗੇ, ਉਹਨਾਂ ਨੂੰ ਲਾਭ ਮਿਲੇਗਾ ਇਸ ਚੀਜ਼? ਹਾਂਜੀ ਬਿਲਕੁਲ ਸਰ, ਕਿਉਂਕਿ ਕੁਛ ਪੇਸ਼ੈਂਟਸ ਹੁੰਦੇ ਨੇ ਜਿਹੜਾ ਕਿ ਆਪਣੇ ਮੀਨਸ ਕਿ ਕਰ ਨਹੀਂ ਸਕਦੇ ਹੈਗੇ, ਆਪਣਾ ਪੇ ਨਹੀਂ ਕਰ ਸਕਦੇ ਹੈਗੇ, ਪ੍ਰਾਈਵੇਟ ਹੋਸਪਿਟਲ ਜਾਂ ਕਲੀਨਿਕਸ ਦੇ ਵਿੱਚ ਜਾਣ ਲਈ ਮਤਲਬ ਉਹਨਾਂ ਨੂੰ ਪ੍ਰੋਬਲਮ ਆਉਂਦੀ ਚਾਰਜਸ ਦੇ ਕਰਕੇ। ਇੱਥੇ ਸਾਡੇ ਜਿਹੜੇ ਚਾਰਜਸ ਹੋਣਗੇ ਬਿਲਕੁਲ ਹੀ ਜੈਨੂਅਨ ਕਹਿ ਸਕਦੇ ਹਾਂ, ਉਹਨਾਂ ਦੇ ਪ੍ਰਾਈਵੇਟ ਕਲੀਨਿਕਸ ਤੋਂ ਇਲਾਵਾ ਉਹਨਾਂ ਦੇ ਚਾਰਜਸ ਤੋਂ ਬਹੁਤ ਹੀ ਘੱਟ ਰੇਟ ਦੇ ਉੱਤੇ ਹੋਣਗੇ। ਲੋਕ ਆਉਂਦੇ ਪਏ ਨੇ ਇੱਥੇ ਇਲਾਜ? ਹਾਂਜੀ, ਥੋੜ੍ਹੇ ਦਿਨ ਪਹਿਲਾਂ ਦੀ ਓਪਨਿੰਗ ਹੋਈ ਹੈ, ਮਤਲਬ ਕਾਫੀ ਪੇਸ਼ੈਂਟ ਆ ਰਹੇ ਆ। ਲੈਬੋਰਟਰੀ ਤੁਹਾਡੀ ਪਿਛਲੇ ਇੱਕ ਸਾਲ ਤੋਂ ਚੱਲੇ ਕਰਦੀ ਹੈ, ਉਸਦਾ ਵੀ ਲੋਕ ਲਾਭ ਜਿਹੜੇ ਉਠਾ ਰਹੇ? ਹਾਂਜੀ, ਕਾਫੀ ਪੇਸ਼ੈਂਟਸ ਆ ਰਹੇ ਮਤਲਬ ਲੈਬੋਰਟਰੀਜ਼ ਦੇ ਵਿੱਚ ਵੀ, ਆਪਣੇ ਟੈਸਟ ਵਗੈਰਾ ਬਿਲਕੁਲ ਹੀ ਮਤਲਬ ਜੈਨੂਅਨ ਰੇਟਸ ਦੇ ਉੱਤੇ ਕਰਾ ਕੇ ਜਾ ਰਹੇ ਹਾਂ। ਮਕਸਦ ਕੀ ਹੈ ਇਸ ਟਰੱਸਟ ਦਾ, ਮਕਸਦ ਕੀ ਹੈ? ਕਿਉਂਕਿ ਹੈਲਥ ਨੂੰ ਹੀ ਇਹਨਾਂ ਨੇ ਜ਼ਿਆਦਾ ਚੁਣਿਆ, ਅਸੀਂ ਦੇਖਿਆ ਲੈਬ ਖੋਲ੍ਹੀ ਸੀ, ਹੁਣ ਫਿਜ਼ੀਓਥੈਰੇਪੀ ਸੈਂਟਰ ਹੈ, ਹੈਲਥ ਨੂੰ ਹੀ ਕਿਉਂ ਮੁੱਖ ਚੁਣਿਆ ਗਿਆ? ਕਿਉਂਕਿ ਮੇਨਲੀ ਅੱਜ ਕੱਲ੍ਹ ਦੇ ਦੌਰ ਦੇ ਵਿੱਚ ਜਿਹੜੀਆਂ ਮੇਨਲੀ ਜਿਹੜੀ ਜੇਕਰ ਆਪਾਂ ਕਹਿ ਦਈਏ ਕਿ ਜੇਕਰ ਬੰਦੇ ਦੀ ਹੈਲਥ ਹੈ ਠੀਕ ਹੈ, ਹੈ ਨਾ, ਅਤੇ ਇਹਦੇ ਨਾਲ ਹੀ ਮਤਲਬ ਬਾਕੀ ਸਾਰੀ ਚੀਜ਼ਾਂ ਜਿਹੜੀਆਂ ਕਹਿੰਦੇ ਹੈਲਥ ਇਜ਼ ਵੈਲਥ, ਮੇਨਲੀ ਆਪਾਂ ਇਹ ਚੀਜ਼ ਕਹਿ ਦਿੰਦੇ ਹਾਂ ਠੀਕ ਹੈ। ਇਹ ਚੈਰੀਟੇਬਲ ਟਰੱਸਟ ਜਿਹੜਾ ਲੋਕਾਂ ਦੀ ਭਲਾਈ ਵਾਸਤੇ ਕਰ ਰਿਹਾ, ਸੋ ਡੈਟ ਕਿ ਉਹ ਜਿਹੜੀ ਇੱਕ ਵਧੀਆ ਲਾਈਫ ਸਟਾਈਲ ਜਿਹੜਾ ਆਪਣਾ ਜਿਹੜਾ ਹੈ ਉਹ ਮਤਲਬ ਬਤੀਤ ਕਰ ਸਕਣ। ਅਸੀਂ ਦੇਖਦੇ ਹਾਂ ਕਿ ਹਜੇ ਵੀ ਕਿਉਂਕਿ ਲੋਕਾਂ ਨੂੰ ਇੰਨਾ ਸ਼ਾਇਦ ਇਸ ਬਾਰੇ ਇੰਨਾ ਪਤਾ ਨਹੀਂ, ਕੁਝ ਕਹਿਣਾ ਚਾਹੁੰਦੇ ਹੋ ਲੋਕਾਂ ਨੂੰ, ਕਈ ਲੋਕ ਇਸ ਚੀਜ਼ ਨੂੰ ਕਹਿੰਦੇ ਵੀ ਇੱਕ ਸਲੋ ਪ੍ਰੋਸੈਸ ਹੈ ਇਲਾਜ ਦਾ, ਕਿ ਇਸਦਾ ਬਾਰੇ ਵੀ ਥੋੜ੍ਹਾ ਲੋਕਾਂ ਨੂੰ ਕਹਿਣਾ ਚਾਹੁੰਦੇ ਹੋ ਕੁਛ? ਐਕਚੁਲੀ ਜੇਕਰ ਆਪਾਂ ਕਹਿ ਦਈਏ ਸਲੋ ਪ੍ਰੋਸੈਸ ਹੈ, ਬਟ ਹੈ ਤਾਂ ਪਰਮਾਨੈਂਟ ਆ। ਜੇਕਰ ਆਪਾਂ ਮੈਡੀਸਨ ਕੋਈ ਵੀ ਖਾਂਦੇ ਹਾਂ ਠੀਕ ਹੈ, ਉਹਦਾ ਟਾਈਮ ਜਿਹੜਾ ਹੁੰਦਾ ਹੈ ਬਿਲਕੁਲ ਜਿੰਨਾ ਜਿਹੜਾ ਕਹਿ ਸਕਦੇ ਆਪਾਂ ਅਸਰ ਹੁੰਦਾ ਹੈ ਉਨਾ ਟਾਈਮ ਹੀ ਕਿੰਨਾ ਲਈ ਦਾ ਠੀਕ ਰਹੇਗਾ, ਬਾਅਦ ਵਿੱਚ ਫਿਰ ਉਹ ਦਰਦ ਵਗੈਰਾ ਪੇਨ ਵਗੈਰਾ ਉਹਨਾਂ ਦੀ ਸਟਾਰਟ ਹੋ ਜਾਂਦੀ ਆ। ਬਟ ਅਗਰ ਆਪਾਂ ਮਸ਼ੀਨ ਥਰੂ ਐਕਸਰਸਾਈਜ਼ ਕਰਦੇ ਹਾਂ ਇਹਦਾ ਇਲਾਜ ਜਿਹੜਾ ਆਪਾਂ ਪਰਮਾਨੈਂਟਲੀ ਇਹ ਚੀਜ਼ ਹੋਏਗੀ, ਬਟ ਇੱਕ ਟਾਈਮ ਪੀਰੀਅਡ ਥੋੜ੍ਹਾ ਲੱਗਦਾ ਹੈ।
ਅੱਜ ਦੇ ਦੌਰ ਦੀ ਗੱਲ ਕਰੀਏ ਤੇ ਸਰਵਾਈਕਲ ਇੱਕ ਵੱਡਾ ਇਸ਼ੂ ਹੈ। ਕੀ ਥੈਰੇਪੀ ਨਾਲ ਕਿੰਨੀ ਜਲਦੀ ਵਿਅਕਤੀ ਇਸ ਜਿਹੜੇ ਇਹਤੋਂ ਛੁਟਕਾਰਾ ਪਾ ਸਕਦਾ ਹੈ ਇਸ ਜਿਹੜੇ ਸਰਵਾਈਕਲ ਤੋਂ? ਵਿਦ ਫਿਜ਼ੀਓਥੈਰੇਪੀ ਸਰਵਾਈਕਲ ਜਿਹੜੀ ਹੈ ਮਤਲਬ ਕਾਫੀ ਹੱਦ ਤੱਕ ਜਿਹੜੀ ਹੈ ਪ੍ਰੋਬਲਮ ਜਿਹੜੀ ਹੈ ਠੀਕ ਹੋ ਜਾਂਦੀ ਹੈ। ਆਪਾਂ ਐਕਸਰਸਾਈਜ਼ ਰੈਕਮੈਂਡ ਕਰਦੇ ਹਾਂ, ਕੁਛ ਮਸ਼ੀਨਸ ਹੁੰਦੀਆਂ ਜਿਵੇਂ ਕਿ ਉਹ ਟਰੈਕਸ਼ਨ ਮਸ਼ੀਨ ਹੈ ਲੱਤ ਦੇ ਉੱਤੇ, ਆਪਾਂ ਉਹਦੇ ਨਾਲ ਕੀ ਆ ਕਿ ਸਰਵਾਈਕਲ ਦੀ ਦਿੱਕਤ ਜਿਹੜੀ ਉਹ ਨਾਲ ਘੱਟ ਜਾਂਦੀ ਹੈ। ਜਾਂ ਫਿਰ ਆਪਾਂ ਅਲੱਗ ਅਲੱਗ ਮੋਡੈਲਿਟੀਜ਼ ਜਾਂ ਫਿਰ ਐਕਸਰਸਾਈਜ਼ ਜਿਹੜੇ ਉਹ ਦੱਸਦੇ ਹਾਂ। ਕੁਝ ਕਹਿਣਾ ਚਾਹੁੰਦੇ ਲੋਕਾਂ? ਮੇਨਲੀ ਕਹਾਂਗੀ ਕਿ ਫਿਜ਼ੀਓਥੈਰੇਪੀ ਦੇ ਉੱਪਰ ਤੁਸੀਂ ਕਿੰਨਾ ਲਈਦਾ ਟਰੱਸਟ ਕਰੋ, ਕਿਉਂਕਿ ਆਪ ਮੈਡੀਸਨ ਖਾਂਦੇ ਹਾਂ ਉਹਦਾ ਥੋੜ੍ਹਾ ਟਾਈਮ ਹੀ ਅਸਰ ਰਹੇਗਾ, ਬਟ ਅਗਰ ਆਪਾਂ ਫਿਜ਼ੀਓਥੈਰੇਪੀ ਕਰਦੇ ਹਾਂ ਇਹਦਾ ਪਰਮਾਨੈਂਟ ਸੋਲਿਊਸ਼ਨ ਆਪਾਂ ਕਹਿ ਸਕਦੇ ਕਿਸੇ ਵੀ ਪ੍ਰੋਬਲਮ ਦਾ। ਬਿਲਕੁਲ ਅਹਿਸਾਨ ਸਾਡੇ ਨਾਲ ਜਸ਼ਨਪ੍ਰੀਤ ਕੌਰ ਜਿਨ੍ਹਾਂ ਨੇ ਦੱਸਿਆ ਕਿਵੇਂ ਮਨੁੱਖੀ ਜੀਵਨ ਦੇ ਵਿੱਚ ਫਿਜ਼ੀਓਥੈਰੇਪੀ ਦਾ ਲਾਭ ਹੈ। ਉਹਨਾਂ ਨੇ ਕਿਹਾ ਹੈ ਕਿ ਮੈਡੀਸਿਨ ਦਾ ਜਿਹੜਾ ਇਲਾਜ ਹੈ ਉਹ ਕੁਝ ਸਮੇਂ ਦਾ, ਲੇਕਿਨ ਜੇਕਰ ਤੁਸੀਂ ਫਿਜ਼ੀਓਥੈਰੇਪੀ ਨਾਲ ਆਪਣਾ ਟ੍ਰੀਟਮੈਂਟ ਲੈਂਦੇ ਹੋ ਤਾਂ ਇਹ ਬਿਮਾਰੀ ਨੂੰ ਜੜ੍ਹ ਤੋਂ ਖਤਮ ਕਰ ਦੇਗਾ। ਪਠਾਨਕੋਟ ਤੋਂ ਜਤਿਨ ਸ਼ਰਮਾ, ਨਿਊਜ਼ 18 ਪੰਜਾਬ।